ਸਭ ਤੋਂ ਪਹਿਲਾਂ ਤਾਂ ਸਤਿ ਸ੍ਰੀ ਅਕਾਲ ਜੀ ਜਿੰਨੇ ਤੁਸੀਂ ਦੇਖ ਰਹੇ ਹੋ ਮੇਰੇ ਭਰਾ ਮੈਥੋਂ ਵੱਡੇ ਬਜ਼ੁਰਗਾਂ ਤੁਹਾਡਾ ਸਾਰਿਆਂ ਦਾ ਇੱਕ ਵਾਰ ਫਿਰ ਤੋਂ ਆਪਾਂ ਸੁਆਗਤ ਕਰਦੇ ਹਾਂ ਤੁਹਾਡੇ ਆਪਦੇ ਆਪਣੇ ਚੈਨਲ ਟਰੈਕਟਰ ਮੰਡੀ ਦੇ ਉੱਪਰ ਤੇ ਆਪਾਂ ਤੁਹਾਡੇ ਵਾਸਤੇ ਅੱਜ ਬਹੁਤ ਸਾਰੀਆਂ ਗੱਡੀਆਂ ਲੈ ਕੇ ਹਾਜ਼ਰ ਹਾਂ ਗੱਡੀਆਂ ਆਪਾਂ ਤੁਹਾਨੂੰ ਦਿਖਾਵਾਂਗੇ ਸਾਰੀਆਂ ਸਭ ਤੋਂ ਪਹਿਲਾਂ ਤਾਂ ਆਪਣੇ ਚੈਨਲ ਦਾ ਕਰੋ WhatsApp ਨੰਬਰ ਨੋਟ ਨੰਬਰ ਹੈ 78140 38764 ਜੇ ਤੁਹਾਡੇ ਕੋਲ ਕੋਈ ਵੀ ਗੱਡੀ ਮਸ਼ੀਨਰੀ ਕੋਠੀ ਮਗਾਣ ਹਵੇਲੀ ਕੋਈ ਵੀ ਸੰਦ ਸੰਧੜਾ ਜ਼ਮੀਨ ਕੁਝ ਵੀ ਹੋਵੇ ਵੇਚਣ ਵਾਸਤੇ ਆਪਣੇ ਕੋਲੇ ਭੇਜ ਦਿਓ ਐਡ ਆਪਾਂ ਤੁਹਾਡੀ ਲਗਾ ਦਾਂਗੇ ਹੁਣ ਕਰਾਂਗੇ ਆਪਾਂ ਵੀਡੀਓ ਦੀ ਗੱਲਬਾਤ ਸ਼ੁਰੂ ਗੱਡੀਆਂ ਦੀ ਗੱਲਬਾਤ ਕਰਦੇ ਆਪਾਂ ਤੇ ਜਿਹੜੀ ਆਪਾਂ ਕੱਲ ਵੀਡੀਓ ਪਾਈ ਸੀਗੀ ਉਹਦੇ ਵਿੱਚ ਇੱਕ yellow ਗੱਡੀ ਸੀਗੀ ਤੇ ਜਿਹੜੇ ਮਾਲਕ ਨੇ yellow ਗੱਡੀ ਦੇ ਉਹਨਾਂ ਨੇ ਆਪਾਂ ਨੂੰ ਫੋਨ ਕੀਤਾ ਸੀਗਾ ਉਹ ਕਹਿੰਦੇ ਸੀਗੇ ਕੁਝ ਕੁ ਜਾਣਕਾਰੀ ਦੇਣੀ ਰਹਿ ਗਈ ਸੀ ਸਾਡੇ ਵੱਲੋਂ ਇਹ ਜਿਹੜੀ yellow ਗੱਡੀ ਆ ਸੱਚ ਵਿੱਚ ਦੱਸਾਂ ਤਾਂ ਮੈਨੂੰ ਬਹੁਤ ਹੀ ਜ਼ਿਆਦਾ ਪਸੰਦ ਆਈ ਕਿਉਂਕਿ ਸੰਭਾਈ ਦੇ ਵਿੱਚ ਰੱਖੀ ਹੈ ਇਹਨਾਂ ਨੇ ਬਹੁਤ ਹੀ ਜ਼ਿਆਦਾ ਸ਼ੌਂਕਿਆ ਰੱਖੀ ਹੋਈ ਆ ਤੇ ਗੱਡੀ ਦੀ ਕੰਡੀਸ਼ਨ ਲੱਗਦੀ ਨਹੀਂ ਵੀ 2011 ਮਾਡਲ ਹੈ। ਬਾਕੀ ਗੱਡੀ ਤੁਸੀਂ ਦੇਖ ਲਓ। ਇਹਨਾਂ ਨੂੰ ਫੋਨ ਕਰ ਸਕਦੇ ਹੋ। ਮਾਨਸਾ ਏਰੀਆ ਦੇ ਵਿੱਚ ਗੱਡੀ ਖੜੀ ਹੈ। ਮਾਨਸਾ ਡਿਸਟ੍ਰਿਕਟ ਪੈਂਦੀ ਹੈ ਸਿਟੀ ਸਰਦੂਲਗੜਾ ਤੇ ਉੱਥੇ ਗੱਡੀ ਖੜੀ ਆ। ਜਿਹੜੀ yellow ਗੱਡੀ ਹੈ ਇਹਦਾ ਮਾਡਲ ਹੈ 2011, Mahindra yellow ਗੱਡੀ ਹੈ ਹਰਿਆਣਾ ਨੰਬਰ ਆ ਤੇ 1.5 ਲੱਖ ਰੁਪਏ ਮੰਗਿਆ ਜੀ ਤੇ ਸਰਦੂਲਗੜ ਏਰੀਆ 'ਚ ਆ ਗੱਡੀ ਖੜੀ ਹੈ। 40 ਤੋਂ 45 ਪੈਸੇ ਇਹਦੇ ਟਾਇਰ ਪਏ ਨੇ। ਗੱਡੀ ਵਧੀਆ ਕਿਸੇ ਪਾਸੋਂ ਕੋਈ ਨੁਕਸ ਨਹੀਂ ਹੈਗਾ। ਨਾ ਕੋਈ ਇੰਜਨ ਗੇਅਰ ਚ ਨਾ ਕੋਈ ਗੱਡੀ ਚ ਨਾ ਕੋਈ ਗਲੀ ਸੜੀ ਐ ਕਿਸੇ ਪਾਸੋਂ ਵਧੀਆ ਗੱਡੀ ਐ ਤੇ ਕਾਪੀ ਵਗੈਰਾ ਨਾਲ ਐ ਪਾਸਿੰਗ ਪਈਆ 2026 ਤੱਕ ਗੱਡੀ ਜਮਾਂ ਸਾਫ਼ ਪਈ ਐ ਤੇ ਪਰਸਨਲ ਚੱਲੀ ਹੋਈ ਐ ਘਰ ਲਈ ਵਰਤੀ ਹੋਈ ਗੱਡੀ ਐ ਲੋਕਲ ਚੱਲੀ ਐ ਥੋੜੀ ਮੋਟੀ ਤੇ ਪਰਸਨਲ ਗੱਡੀ ਐ ਕੋਈ ਕਿਰਾਏ ਤੇ ਗੱਡੀ ਆ ਨਹੀਂ ਚਲਾਈ ਇਹਨਾਂ ਨੇ ਘਰ ਦੀ ਗੱਡੀ ਐ ਬਾਕੀ ਤੁਸੀਂ ਜ਼ਿਆਦਾ ਜਾਣਕਾਰੀ ਲੈਣੀ ਹੋਵੇ ਕੋਈ ਹੋਰ ਤਾਂ ਨੰਬਰ ਕਰੋ ਇਹਨਾਂ ਦਾ ਨੋਟਾਂ ਨੰਬਰ 6280402847 ਬਾਕੀ ਨੰਬਰ ਸਕਰੀਨ ਤੇ ਹੈ ਤੇ ਇੱਕ ਵਾਰੀ 1.5 ਲੱਖ ਰੁਪਇਆ ਡਿਮਾਂਡ ਹੈ ਬਾਕੀ ਮਾਲਕੇ ਕਹਿੰਦੇ ਸੀਗੇ ਮੌਕੇ ਤੇ ਲੈਸ-ਬਸ ਕਰ ਲਾਂਗੇ ਤੇ ਹੁਣ ਕਰਾਂਗੇ ਆਪਾਂ ਫੋਰਡ ਫਿਗੋ ਡੀਜ਼ਲ ਵਰਜ਼ਨ ਗੱਡੀ ਦੀ ਗੱਲਬਾਤ ਆਪਣੇ ਕੋਲੇ 2011 ਮਾਡਲ ਆਹ ਗੱਡੀ ਪਹੁੰਚੀ ਆ 90000 ਕਿਲੋਮੀਟਰ ਗੱਡੀ ਚੱਲੀ ਹੋਈ ਆ 1 ਲੱਖ ਤੇ 60000 ਮਾਲਕ ਨੇ ਡਿਮਾਂਡ ਆਪਣੇ ਕੋਲੇ ਲਾ ਕੇ ਭੇਜੀ ਆ ਖਰੜ ਮਾਲਕ ਦਾ ਏਰੀਆ ਤੇ ਅਸੀਂ ਤੋਂ 85 ਪੈਸੇ ਟਾਇਰ ਨਹੀਂ ਗੱਡੀ ਦੇ ਸੀਟ ਕਵਰ ਬਹੁਤ ਵਧੀਆ ਨੇ ਮੈਟਿੰਗ-ਮੋਟਿੰਗ ਵਧੀਆ ਪਈ ਹੈ ਕਿਸੇ ਪਾਸੇ ਕੋਈ ਡੈਮੇਜ ਨਹੀਂ ਨਾ ਕੋਈ ਲੱਗੀ ਹੈ ਤੇ ਮਾਲਕ ਵੀਰ ਦਾ ਨੰਬਰ ਸਕਰੀਨ ਤੇ ਨੰਬਰ ਕਰੋ ਨੋਟ ਨੰਬਰ ਹੈ 79 738 11734 ਤੇ ਨੈਕਸਟ ਗੱਡੀ ਦੀ ਆਪਾਂ ਗੱਲਬਾਤ ਕਰਾਂਗੇ ਆਪਣੀ ਕੋਲੇ ਐਂਡੀਗੋ ਪਹੁੰਚੀ ਹੈ ਨੋ ਮਾਡਲ ਗੱਡੀ ਹੈ 24 ਤੱਕ ਦੀ ਪਾਸਿੰਗ ਪਈ ਹੈ 75000 ਸਿਰਫ ਡਿਮਾਂਡ ਹੈ ਤਰਨ ਤਰਨ ਇਹਨਾਂ ਦਾ ਏਰੀਆ ਨਵੇਂ ਟੈਰਾ ਚ ਗੱਡੀ ਕਿਸੇ ਪਾਸੋਂ ਕੋਈ ਨੁਕਸ ਨਹੀਂ ਹੈਗਾ ਪਹਿਲੇ ਸਾਲਵ ਗੱਡੀ ਸਟਾਰਟ ਹੈ ਇੰਜਨ ਗিয়ার ਚ ਕੋਈ ਪ੍ਰੋਬਲਮ ਨਹੀਂ ਵਧੀਆ ਘਰ ਦੀ ਗੱਡੀ ਆ ਘਰ ਲਈ ਵਰਤੀ ਹੋਈ ਆ ਘਰ ਲਈ ਇਹਨਾਂ ਨੇ ਚਲਾਈ ਹੋਈ ਆ ਘਰੇ ਗੱਡੀ ਖੜੀ ਆ ਪੰਜਾਬ ਨੰਬਰ ਹੈ ਕੁੱਲ 75000 ਡਿਮਾਂਡ ਮੈਟਿੰਗ ਮੋਟਿੰਗ ਵਧੀਆ ਪਈ ਆ ਤੇ ਜਿਨ੍ਹਾਂ ਦੀ ਗੱਡੀ ਆ ਨੰਬਰ ਕਰੋ ਉਹਨਾਂ ਦਾ ਨੋਟ ਨੰਬਰ 98 772 75 902 ਤੇ ਅੱਗੇ ਆਪਾਂ ਤੁਹਾਨੂੰ ਦਿਖਾਵਾਂਗੇ ਹੁਣ ਸਵਿਫਟ ਡਿਜ਼ਰ ਗੱਡੀ 12 ਮਾਡਲ ਹੈ 13 ਚ ਰਜਿਸਟਰ ਹੋਈ ਹੈ ਜੀ ਆ ਗੱਡੀ 320000 ਮਾਲਕ ਨੇ ਡਿਮਾਂਡ ਆਪਣੇ ਕੋਲੇ ਲਾ ਕੇ ਭੇਜੀ ਆ ਮੁਖਤਸਰ ਇਹਨਾਂ ਦਾ ਏਰੀਆ ਨਵੇਂ ਟੈਰਾ ਚ ਗੱਡੀ ਦੀ ਕੰਡੀਸ਼ਨ ਬਹੁਤ ਹੀ ਜ਼ਿਆਦਾ ਵਧੀਆ ਪਈ ਆ ਟਾਇਰ ਤੁਸੀਂ ਦੇਖ ਲਓ ਵਧੀਆ ਪਏ ਨੇ ਬਿਲਕੁਲ ਨਵੇਂ ਗੱਡੀ ਤੇ ਕੋਈ ਸਕ੍ਰੈਚ ਨਹੀਂ ਕੋਈ ਡੈਂਟ ਨਹੀਂ ਨਾ ਕੋਈ ਕਲਰ ਹੋਈ ਆ ਬਾਅਦ ਚ ਦਿੱਲੀ ਨੰਬਰ ਗੱਡੀ ਜੇ ਗੱਡੀ ਦੇ ਕਾਗਜ਼ ਪੱਤਰ ਸਾਰੇ ਤੁਹਾਨੂੰ ਮਿਲ ਜਾਣਗੇ ਤੇ ਗੱਡੀ ਕਿਸੇ ਮੇਰੇ ਭਰਾ ਨੇ ਮੇਰੇ ਵੱਡੇ ਬਜ਼ੁਰਗ ਨੇ ਦੇਖਣੀ ਹੋਵੇ ਮੁਖਤਸਰ ਜਾ ਕੇ ਦੇਖ ਸਕਦਾ ਹੋ ਮਾਲਕ ਦਾ ਨੰਬਰ ਸਕਰੀਨ ਤੇ ਆ ਜੀ ਨੰਬਰ ਕਰੋ ਇਹਨਾਂ ਦਾ ਨੋਟ ਨੰਬਰ 98770 65582 ਤੇ ਅੱਗੇ ਆਪਾਂ ਤੁਹਾਨੂੰ ਦਿਖਾਵਾਂਗੇ ਹੁਣ i20 ਡੀਜ਼ਲ ਵਰਜ਼ਨ ਗੱਡੀ 11 ਮਾਡਲ ਗੱਡੀ ਆ ਦੋਤੀ ਮਾਲਕ ਨੇ ਡਿਮਾਂਡ ਆਪਣੇ ਕੋਲੇ ਲਾ ਕੇ ਭੇਜੀ ਆ ਬਰਨਾਲਾ ਮਾਲਕ ਦਾ ਏਰੀਆ 'ਚ ਗੱਡੀ 'ਚ ਕਿਸੇ ਤਰ੍ਹਾਂ ਦਾ ਕੋਈ ਨੁਕਸਨ ਨਹੀਂ ਨਾ ਕੋਈ ਲੱਗਿਆ ਨਾ ਕੋਈ ਐਕਸੀਡੈਂਟ ਹੋਈ ਆ ਤੇ ਬਰਨਾਲੇ ਖੜੀ ਆ ਦੋਤੀ ਡਿਮਾਂਡ 11 ਮਾਡਲ ਹੈ ਨਵੇਂ ਟਾਇਰਾਂ 'ਚ ਗੱਡੀ ਆ ਇਹ ਜਿਨ੍ਹਾਂ ਦੀ ਗੱਡੀ ਆ ਉਹਨਾਂ ਦਾ ਨੰਬਰ ਸਕਰੀਨ ਤੇ ਨੰਬਰ ਕਰੋ ਨੋਟ ਨੰਬਰ 84270 ਸੌਰੀ ਗਲਤ ਬੋਲਿਆ ਗਿਆ ਜੀ 84271 077 57 ਠੀਕ ਹੈ ਜੀ ਆ ਇਹਨਾਂ ਦਾ ਨੰਬਰ ਹੈ ਜਿਨ੍ਹਾਂ ਦੀ ਗੱਡੀ ਹੈ ਤੇ ਹੁਣ ਆਪਾਂ ਗੱਲ ਕਰਾਂਗੇ ਗੱਡੀ ਦੀ ਡੀਜ਼ਰ ਬੀਡੀਆਈ ਆਪਣੇ ਕੋਲੇ ਗੱਡੀ ਪਹੁੰਚੀ ਆ 2009 ਮਾਡਲ ਹੈ ਤੇ 24 ਤੱਕ ਪਾਸਿੰਗ ਪਈ ਆ 2 ਲੱਖ ਦੀ ਡਿਮਾਂਡ ਚ ਸੰਗਰੂਰ ਗੱਡੀ ਖੜੀ ਆ ਘਰ ਦੀ ਗੱਡੀ ਆ 90 ਤੋਂ 95 ਪੈਸੇ ਟਾਇਰਾਂ ਦੀ ਕੰਡੀਸ਼ਨ ਪਈ ਆ 13 ਦੇ ਵਿੱਚ ਅਲਾਈ ਵਿਲ ਲੱਗੇ ਹੋਇਆ ਕਿਸੇ ਮੇਰੇ ਭਰਾ ਨੂੰ ਗੱਡੀ ਦੇਖਣੀ ਹੋਵੇ ਪਸੰਦ ਆਈ ਹੋਵੇ ਤਾਂ ਜਾ ਕੇ ਦੇਖ ਸਕਦਾ हूं ਨੋ ਮਾਡਲ ਗੱਡੀ ਹੈ 24 ਤੱਕ ਪਾਸਿੰਗ ਹੈ ਡਾਕੂਮੈਂਟ ਸਾਰੇ ਕੰਪਲੀਟ ਨੇ ਤੇ ਕਿਸੇ ਵੀ ਨੂੰ ਚਾਹੀਦੀ ਹੈ ਗੱਡੀ ਪਸੰਦ ਆਈ ਹੈ ਦੇਖ ਸਕਦਾ हूं ਇਹਨਾਂ ਦੇ ਏਰੀਆ ਦੇ ਵਿੱਚ ਜਾ ਕੇ ਤੇ ਜਿਨ੍ਹਾਂ ਦੀ ਗੱਡੀ ਹੈ ਉਹਨਾਂ ਨੂੰ ਕਰੋ ਫੋਨ ਤੁਸੀਂ ਕੋਈ ਹੋਰ ਮਥੇਰੇ ਜਾਣਕਾਰੀ ਵਾਸਤੇ ਨੰਬਰ 9592142017 ਤੇ ਅੱਗੇ ਦੀ ਦੀ ਆਪਾਂ ਗੱਲਬਾਤ ਕਰ ਲਈ ਸਾਰੀ ਗੱਡੀਆਂ ਤੁਹਾਨੂੰ ਹੋਰ ਵੀ ਦੇਖਣ ਨੂੰ ਮਿਲਣਗੀਆਂ ਅੱਗੇ ਤੇ ਥੋੜੀ ਜੀ ਆਪਾਂ ਗੱਲਬਾਤ ਕਰ ਲੈਂਦੇ ਆ ਜਿਨੇ ਤੁਸੀਂ ਦੇਖ ਰਹੇ ਹੋ ਆਪਣੀ ਵੀਡੀਓ ਤੇ ਇਸੇ ਤਰ੍ਹਾਂ ਦੀ ਹਰ ਰੋਜ਼ ਵੀਡੀਓ ਦੇਖਣ ਵਾਸਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਸਬਸਕ੍ਰਾਈਬ ਜੋ ਤੁਸੀਂ ਕਰ ਦੋ ਵੀਡੀਓ ਨੂੰ ਲਾਈਕ ਕਰ ਦਿਓ ਤਾਂ ਹੌਸਲਾ ਵੱਧਦਾ ਹੈ ਤੇ ਆਪਣਾ ਚੈਨਲ ਵੀ ਵੱਡਾ ਹੁੰਦਾ ਹੈ ਜਦੋਂ ਚੈਨਲ ਵੱਡਾ ਹੂਗਾ ਚੈਨਲ ਨੂੰ ਤੁਸੀਂ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਵੀਡੀਓ ਲਾਈਕ ਕਰ ਦਿਓ ਤਾਂ ਹੌਸਲਾ ਜ਼ਿਆਦਾ ਰਹਿੰਦਾ ਹੈ ਵੀਡੀਓ ਪਾਉਣ ਦਾ ਨਹੀਂ ਤਾਂ ਹੌਸਲਾ ਡਾਊਨ ਵੱਜ ਜਾਂਦਾ ਤਾਂ ਕਰਕੇ ਕਹਿਣਾ ਹੁੰਦਾ ਵੀਡੀਓ ਨੂੰ ਲਾਈਕ ਵੱਧ ਤੋਂ ਵੱਧ ਕਰਦੇ ਰਹਿ ਕਰੋ ਤੁਹਾਡੇ ਛੋੜੇ ਭਰਾ ਦਾ ਚੈਨਲ ਆ ਮੈਂ ਤੁਹਾਡਾ ਛੋਟਾ ਭਰਾ ਹਾਂ ਤੁਹਾਡੇ ਕਰਕੇ ਆਪਾਂ ਕਰਦੇ ਆ ਸਾਰਾ ਕੁਝ ਠੀਕ ਹੈ ਜੀ ਟੀ ਕਿਸੇ ਮੇਰੇ ਭਰਾ ਨੇ ਐਡ ਕਰਉਣੀ ਹੈ ਕਿਸੇ ਵੀ ਗੱਡੀ ਦੀ ਕੋਈ ਵੀ ਸੰਤ ਸੰਦੇੜੇ ਜੀ ਜਾਂ ਕੋਈ ਸੰਤ ਸੰਦੇੜਾ ਜਾਂ ਕੋਈ ਗੱਡੀ ਆ ਜਾਂ ਕੋਈ ਕੋਠੀ ਆ ਮਕਾਨ ਹਵੇਲੀ ਆ ਜਾਂ ਤੁਹਾਡੇ ਰਿਸ਼ਤੇਦਾਰ ਕੋਲ ਹੀ ਆ ਜਾਂ ਤੁਹਾਡੇ ਆਸ-ਪड़ोस ਵਿੱਚ ਕਿਸੇ ਕੋਲੇ ਹੋਵੇ ਆਪਣੇ ਕੋਲੇ ਭੇਜੋ ਵੀਡੀਓ ਫੋਟੋਆਂ ਜਾਣਕਾਰੀ ਐਡਾ ਪਤਵਾਰੀ ਲਗਾ ਦਾਂਗੇ ਅੱਗੇ ਆਪਾਂ ਹੁਣ ਕਰਾਂਗੇ ਵਰਨਾ ਗੱਡੀ ਦੀ ਗੱਲਬਾਤ 1.6 sx ਗੱਡੀ ਆ ਸੈਕੰਡ ਓਨਰ ਹੈ 370 ਮਾਲਕ ਨੇ ਮੰਗ ਆਪਣੇ ਕੋਲੇ ਲਾ ਕੇ ਭੇਜੀ ਆ ਤੇ 95k ਪੈਸੇ ਦੇ ਢਰ ਪਈ ਨੇ ਗੱਡੀ 'ਚ ਕਿਸੇ ਤਰ੍ਹਾਂ ਦਾ ਕੋਈ ਨੁਕਸ ਨਹੀਂ ਹੈਗਾ ਵਧੀਆ ਗੱਡੀ ਆ 370 ਇੱਕ ਵਾਰੀ ਡਿਮਾਂਡ ਬਾਕੀ ਕਹਿੰਦੇ ਸੀਗੇ ਮੌਕੇ ਤੇ ਕਰ ਲਾਂਗੇ ਲੈਸ ਬਸ ਲਾਕੀ ਮਿਊਜ਼ਿਕ ਸਿਸਟਮ ਏਸੀ ਹੀਟਰ ਸਾਰਾ ਕੁਝ ਵਰਕਿੰਗ ਚ ਹੈ ਜਿਨ੍ਹਾਂ ਦੀ ਗੱਡੀ ਆ ਉਹਨਾਂ ਦਾ ਨੰਬਰ ਸਕਰੀਨ ਤੇ ਨੰਬਰ ਕਰੋ ਨੋਟ ਨੰਬਰ ਹੈ 96826 ਤੇ 25825 ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਆਪਣੀ ਵੀਡੀਓ ਤੇ ਤੁਸੀਂ ਜਦੋਂ ਆਪਣੇ ਕੋਲ ਐਡ ਭੇਜ ਦਿਓ ਤੇ ਜਿਹੜਾ ਗੱਡੀਆਂ ਦਾ ਰੇਟ ਆ ਉਹ ਮਾਰਕੀਟ ਵੈਲਿਊ ਦੇ ਹਿਸਾਬ ਨਾਲ ਭੇਜਿਆ ਕਰੋ ਵੇਨ ਕੀ ਅਲੀ ਗੱਲ ਹੈ ਵੀਰੇ ਜਿਆਦਾ ਰੇਟ ਲਾ ਕੇ ਨਾ ਭੇਜਿਆ ਕਰੋ ਉਸ ਚੀਜ਼ ਦਾ ਕੋਈ ਫਾਇਦਾ ਨਹੀਂ ਹੁੰਦਾ ਚੀਮ ਅਗਿਆਪਾ ਕਰਾਂਗੇ ਇਨੋਵਾ ਗੱਡੀ ਦੀ ਗੱਲਬਾਤ 16 ਮਾਡਲ ਗੱਡੀਆਂ ਪਹਿਲੇ ਓਨਰ ਹੈ ਵੀਆਈਪੀ ਨੰਬਰ ਹੈ 15 ਲੱਖ ਦਾ ਮਾੜਾ ਹੁਸ਼ਿਆਰਪੁਰ ਗੱਡੀ ਖੜੀ ਹੈ ਨਵੇਂ ਟਾਇਰਾਂ ਚ ਹੈ ਤੇ ਗੱਡੀ ਜਲਦੀ ਵੇਚਣੀ ਹੈ ਕਿਸੇ ਕਾਰਨ ਕਰਕੇ ਤੇ ਤੁਸੀਂ ਖਰੀਦਣੀ ਹੈ ਖਰੀਦ ਸਕਦੇ ਹੋ 15 ਲੱਖ ਰੁਪਏ ਡਿਮਾਂਡ ਹੈ ਵੀ ਆਈ ਪੀ ਨੰਬਰ ਹੈ ਪਹਿਲੇ ਨਾਮ ਗੱਡੀ ਹੈ 16 ਮਾਡਲ ਹੈ ਨਵੇਂ 17 ਚ ਗੱਡੀ ਹੈ ਤੇ ਨੰਬਰ ਕਰੋ ਮਾਲਕ ਦਾ ਨੋਟ ਨੰਬਰ ਹੈ 98147 77944 ਫੋਨ ਕਰ ਲਿਓ ਜਾ ਕੇ ਦੇਖ ਲਿਓ ਤੇ ਗੱਡੀ ਨੂੰ ਖਰੀਦ ਸਕਦੇ ਹੋ ਤੇ ਗੱਡੀ ਵਧੀਆ ਲੱਗਿਓ ਵੀ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਤੇ ਇਸੇ ਤਰ੍ਹਾਂ ਦੀ ਹਰ ਰੋਜ਼ ਵੀਡੀਓ ਦੇਖਣ ਵਾਸਤੇ ਆਪਣੇ ਚੈਨਲ ਨਾਲ ਜੁੜਜੋ ਠੀਕ ਹੈ ਜੀ ਤੇ ਆਪਾਂ ਤੁਹਾਡੇ ਵਾਸਤੇ ਹਰ ਰੋਜ਼ ਇਸ ਤਰ੍ਹਾਂ ਦੀ ਨਵੀਂ ਤੋਂ ਨਵੀਂ ਵਧੀਆ ਤੋਂ ਵਧੀਆ ਗੱਡੀ ਲੈ ਕੇ ਆਉਂਦੇ ਰਹਿੰਨੇ ਆਂ। ਬਾਕੀ ਤੁਹਾਡੇ ਕੋਲੇ ਵੇਚਣ ਵਾਸਤੇ ਹੋਵੇ ਤਾਂ ਆਪਾਂ ਨੂੰ ਭੇਜਿਓ ਜਰੂਰ ਐਡ ਆਪਾਂ ਤੁਹਾਡੇ ਲਗਾ ਦਾਂਗੇ। ਬਾਕੀ ਮਿਲਦੇ ਆਂ ਜੀ ਜਲਦੀ।